ਸਾਡੇ ਮਸ਼ੀਨ ਨਾਲ ਕੋਈ ਵਾਸਤਾ ਕੋਈ ਨਹੀਂ ਜੀ। ਅਸਾਂ ਟੋਟਲੀ ਹਾਰਡ ਲੋਹਾ ਕਮਾਉਣਾ ਕਮਾਉਣੀ ਦਾ, ਅਸਾਂ ਦਸਤੀ ਜੇ ਬਣਾਉਣੀ ਹੈ, ਕੱਲ੍ਹ ਵੀ ਬਣੇ ਦਿਆ ਸੀ, ਪਰਸੋਂ ਬਣੇ ਦਿਆ ਸੀ, ਅੱਜ ਵੀ ਬਣੇ ਨੇ ਦਸ। ਉਹਦੀ ਮਿਹਨਤ ਬੜੀ ਹੈ, ਉਹਦੀ ਇਤਨੀ ਵਾਹ ਫਿਰ ਕੋਈ ਨਹੀਂ, ਬਸ ਉਤਾਂ ਜਿੱਥੇ ਖੜਾ ਸੀ ਉਤਾਂ ਹੀ ਖੜੇ। ਮੇਰਾ ਨਾਂ ਹੈ ਨੂਰਮਹਮਦ, 22 ਸਾਲ ਦੀ ਉਮਰ 'ਚ ਕੰਮ ਸਿੱਖਦੇ ਰਹੇ, ਤਕਰੀਬਨ 40 ਸਾਲ ਤੋਂ ਮੈਂ ਕੰਮ ਕਰਦਾ ਵੀ ਇਤਾਂ ਹੀ ਜਗ੍ਹਾ 'ਤੇ। ਥੋੜ੍ਹਾ ਜਿਹਾ ਇਤਨਾ ਫੈਂਸੀ ਕੰਮ ਕੋਈ ਨਾ ਜੀ, ਜੇ ਹੁਣ ਅਸਾਂ ਕੰਮ ਕਹਿੰਦੇ ਸਾਰਾ ਮੂੰਹ ਅੱਛੇ ਨੰਬਰਾਂ 'ਚ ਕੰਮ ਆਇਆ ਵੀ, ਮਿਹਨਤ ਬੜੀ ਹੈ। ਜੇ ਔਜ਼ਾਰ ਕਿਸੇ ਦੋਸਤ ਕੋ ਬਣਾ ਕੇ ਦਿੱਤਾ ਹੈ, ਉਹਦੀ ਪੈਦਾਵਾਰੀ ਵੀ ਹੈ ਚੱਲਣ ਦੀ ਵੀ। ਮਸ਼ੀਨੀ ਵਿੱਚ ਕੁਝ ਅੰਦਾਜ਼ਾ ਗਲਤ ਹੀ ਸਕਦਾ, ਕੁਝ ਲੁਹਾਈ ਗਲਤ ਹੀ ਸਕਦਾ ਹੈ। ਜਿਹੜਾ ਸਾਡੇ ਹੱਥ ਹੈ, ਅਸਾਂ ਕੋਈ ਸੋਚ ਸਮਝ ਕੇ ਬਣੇ ਨੇ ਔਜ਼ਾਰ ਹੈ। ਮਸ਼ੀਨੀ ਦੇ ਵਿੱਚ ਅੰਦਾਜ਼ਾ ਥੀ ਹੁੰਦਾ, ਉਹਨਾਂ ਨੇ ਮਸ਼ੀਨੀ ਕੰਮ ਤਾਂ ਇਵੇਂ ਬਦਾਰੀ ਸਾਹਿਬ ਵਿੱਚ ਆ ਪੈਂਦਾ ਨਾ, ਇਹ ਅਸਾਂ ਸੋਚ ਸਮਝ ਕੇ ਬਣਾਉਣਾ ਹੁੰਦਾ, ਕਿਹੜੇ ਹਾਰਡ 'ਚ ਲੂਹੇ ਕੋਲ ਰੱਖਣਾ ਹੈ, ਕਿਹੜੀ ਤਾਕਤ 'ਤੇ ਜਿਹਨੇ ਮਿਆਰ ਰੱਖਣਾ ਹੈ, ਇਹਨੇ ਕਿੱਥੇ ਕੰਮ ਲਿਆਉਣਾ ਹੈ। ਕੱਸੀ ਬਣਾਉਂਦੇ ਹਾਂ, ਬੜੀ ਬਿਹਤਰੀਨ ਪੈਦਾਵਾਰ ਦੀ। ਇਹ ਰੰਬਾ ਬਣਾਉਂਦੇ ਆ, ਜਿਹੜਾ ਬੂਟੇ ਪੱਟਣ ਵਾਲਾ ਮਾਲੀਆਂ ਵਾਲਾ ਹੁੰਦਾ, ਇਹਦੀ ਬੜੀ ਪੈਦਾਵਾਰੀ ਹੈ। ਇੱਕ ਹੱਥ ਵਾਲਾ ਰੰਬਾ ਛੋਟਾ ਆ ਜਾਣ, ਉਹਦੀ ਬੜੀ ਪੈਦਾਵਾਰੀ ਹੁੰਦੀ, ਉਹੀ ਬਣਾਉਂਦੇ ਆ। ਦਾਤਰੀ ਏ, ਕੁਹਾੜੀ ਏ, ਇਹ ਚੀਜ਼ਾਂ ਜਿਹੜੀ ਜ਼ਰਾਈ ਹਨ ਉਹ ਸਾਰੇ ਕਰੇ ਨੇ। ਕੁਲਹਾੜੀ, ਦਾਤਰੀ, ਛੁਰੀ ਵੀ ਬਣਾਉਂਦੇ ਆ, ਟੋਕੇ ਵੀ ਬਣਾਉਂਦੇ ਆ। ਜੇ ਤਾਂ ਮੇਰੇ ਸਾਹ ਹਨ, ਮੈਂ ਤਾਂ ਇਹੀ ਕਰਨਾ ਤੁਸੀਂ। ਮੌਜੂਦਾ ਮਹਿੰਗਾਈ ਦੇ ਮੁਤਾਬਿਕ ਜਿਹੜਾ ਹੈ ਨਾ ਸਾਡੀ ਗੁਜ਼ਾਰਾ ਔਖਾ ਬੜਾ, ਮਿਹਨਤ ਬੜੀ ਏ। ਮੇਰੇ ਬਾਅਦ 'ਚ ਔਲਾਦ ਹੋ ਸਕਦਾ ਅੱਗਾਂ ਨਿਕਲ ਵਜੇ, ਇਹ ਚੀਜ਼ ਇਵੇਂ ਬਣਾਉਂਦਾ ਰਹਾਉਣਾ, ਜੇ ਤਾਂ ਮੈਂ ਜੀਂਦਾ ਹਾਂ ਮੈਂ ਬਣਾਉਂਦਾ ਰਹਾਂ। ਮੇਰੇ ਬਾਲ ਆਪਣੇ ਖੁਸ਼ੀ ਕੋਲ ਕੰਮ ਕਰੇ ਦਿਨ, ਕੋਈ ਸਖਤੀ ਕਹਿ ਨਹੀਂ ਉਹਨਾਂ ਦੇ, ਆਪਣੇ ਟਾਈਮ ਨਾਲ ਆਉਂਦੇ, ਮੇਰੇ ਇਕੱਠੇ ਕੰਮ ਕਰੇ ਦਿਨ, ਮੇਰੇ ਇਕੱਠੇ ਬਹਿੰਦੇ ਨੇ।